बढ़ते कदम बढ़ते कदम बढ़ते रहे रुके ना वो कदम बढ़ते कदम बढ़ते रहे रुके ना वो कदम बढ़ते कदम बढ़ते कदम बढ़ते कदम। सो इस गीत सुनने तो बाद तुहानू पता लग ही गया होगा अज असी तुहाडी मुलाकात जिन्हां करवा रहे हाँ उन्होंने बहुत ही थोड़े समय दे विच कुछ दो ही गाने अपने मार्केट दे विच दे के अपना बहुत ही ना कमा लिया है। जी हाँ अज असी तुहाडी मुलाकात करवा रहे हैं बढ़ते कदम प्रोग्राम दे विच सिस्टर रागनी दे नाल। बढ़ते कदम बढ़ते कदम बढ़ते कदम बढ़ते रहे रुके ना वो कदम बढ़ते कदम बढ़ते रहे रुके ना वो कदम बढ़ते कदम बढ़ते कदम।
ਸੋ ਸਿਸਟਰ ਰਾਗਨੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਵਿੱਚ। ਸਾਰਿਆਂ ਨੂੰ ਜੈ ਐਮ ਸੀ ਦੀ ਮੇਰੇ ਵੱਲੋਂ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਪੂਰੀ ਟੀਮ ਦਾ ਜੋ ਮੈਨੂੰ ਇਨਵਾਈਟ ਕੀਤਾ ਔਰ ਤੁਹਾਡੇ ਸਾਰਿਆਂ ਦੇ ਨਾਲ ਮੈਨੂੰ ਰੂਬਰੂ ਕੀਤਾ। ਥੈਂਕ ਯੂ। ਸੋ ਸਭ ਤੋਂ ਪਹਿਲਾਂ ਸਾਡਾ ਸਵਾਲ ਇਹ ਹੋਈ ਆ ਕਿ ਤੁਸੀਂ ਆਪਣੇ ਬਚਪਨ ਬਾਰੇ ਦੱਸੋ, ਤੁਹਾਡਾ ਬਚਪਨ, ਤੁਹਾਡੀ ਪੜ੍ਹਾਈ ਜਿਹੜੀ ਆ ਉਹ ਕਿਸ ਤਰ੍ਹਾਂ ਰਹੀ ਤੁਹਾਡੀ? ਮੇਰੀ ਪੂਰੀ ਫੈਮਿਲੀ ਹੀ ਮਿਊਜ਼ਿਕ ਦੇ ਵਿੱਚ ਹੈ। ਮੇਰੇ ਦਾਦੂ ਪਾਪਾ ਉਸਤਾਦ ਚਮਨ ਲਾਲ ਜੀ, ਉਹ ਵੀ ਮਿਊਜ਼ਿਕ ਦੇ ਪ੍ਰੋਫੈਸਰ ਰਹੇ ਨੇ, ਔਰ ਹੁਣ ਮੇਰੇ ਪਾਪਾ ਵੀ ਉਸਤਾਦ ਰਾਕੇਸ਼ ਕੁਮਾਰ ਜੀ, ਉਹ ਵੀ ਮਿਊਜ਼ਿਕ ਦੇ ਪ੍ਰੋਫੈਸਰ ਨੇ, ਔਰ ਉਹਨਾਂ ਵੱਲੋਂ ਦੇਖ ਕੇ ਹੀ ਮੈਨੂੰ ਸ਼ੌਂਕ ਪਿਆ, ਔਰ ਪੂਰੀ ਫੈਮਿਲੀ ਹੀ ਸਾਡੀ ਮਿਊਜ਼ੀਕਲ ਹੈ ਤਾਂ ਮੇਰਾ ਬੈਕਗਰਾਊਂਡ ਵੀ ਸਾਰਾ ਮਿਊਜ਼ੀਕਲ ਹੀ ਹੈ, ਔਰ ਮੈਂ ਕੋਨਵੈਂਟ ਸਕੂਲ ਤੋਂ ਆਪਣਾ 10th ਕੀਤਾ, ਔਰ ਹੁਣ ਮੈਂ ਬੀਐਡ ਕਰ ਰਹੀ ਹਾਂ, ਔਰ ਅੱਗੇ ਮੈਂ ਮਿਊਜ਼ਿਕ ਦੀ ਹੀ ਐਮ ਏ ਕਰਾਂਗੀ, ਔਰ ਮੇਰਾ ਮਾਨਣਾ ਹੈ ਕਿ ਮੈਂ PhD ਵੀ ਮਿਊਜ਼ਿਕ ਦੇ ਵਿੱਚ ਹੀ ਕਰਾਂ। ਯਾਨੀ ਕਿ ਤੁਹਾਡਾ ਪੂਰੀ ਜ਼ਿੰਦਗੀ ਦਾ ਲਾਈਫ ਜਿਹੜੀ ਆ ਮਿਊਜ਼ਿਕ ਦੇ ਨਾਲ ਹੀ ਤੁਸੀਂ ਆਪਣਾ ਬਿਤਾਉਣਾ ਚਾਹੁੰਦੇ ਹੋ। ਹੁਣ ਖਾਸ ਗੱਲ ਕਰੀਏ ਅਸੀਂ ਅੱਜ ਵਰਸ਼ਿਪ ਦੀ ਵਿੱਚ ਕਿ ਤੁਸੀਂ ਅੱਜ, ਤੁਸੀਂ ਬਹੁਤ ਪਹਿਲਾਂ ਸਮਾਂ ਤੁਸੀਂ ਦੇਖਦੇ ਹੋਵੋਗੇ ਲੋਕਾਂ ਨੂੰ ਵਰਸ਼ਿਪ ਕਰਦੇ ਦੇਖਦੇ ਹੋਵੋਗੇ, ਤੁਸੀਂ ਜਦੋਂ ਚਰਚ ਅਟੈਂਡ ਕਰਦੇ ਹੋ, ਅੱਜ ਤੁਹਾਨੂੰ ਆਪਣਾ ਮੌਕਾ ਮਿਲਦਾ ਹੈ, ਉਹ ਵਰਸ਼ਿਪ ਤੁਸੀਂ ਗਾਈਡ ਕਰ ਰਹੇ ਹੁੰਦੇ ਹੋ, ਤੁਸੀਂ ਉਹਨੂੰ ਲੀਡ ਕਰ ਰਹੇ ਹੁੰਦੇ ਹੋ, ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੁੰਦਾ? ਮੈਂ ਜਦੋਂ ਚਰਚ ਜਾਂਦੀ ਸੀਗੀ ਤਾਂ ਜਦੋਂ ਦੇਖਦੀ ਸੀਗੀ ਕਿ ਵਰਸ਼ਿਪ ਕਰ ਰਿਹਾ ਤਾਂ ਮੇਰੇ ਮਨ 'ਚ ਵੀ ਹੁੰਦਾ ਸੀਗਾ ਕਿ ਮੈਂ ਵੀ ਉਸ ਜਗ੍ਹਾ 'ਤੇ ਜਾ ਕੇ ਪ੍ਰਭੂ ਦੀ ਆਰਾਧਨਾ, ਪ੍ਰਭੂ ਦੀ ਮਹਿਮਾ ਕਰਾਂ। ਔਰ ਜਿੱਦਾਂ ਕਿ ਮੇਰੇ ਦਾਦੀ ਮਾਂ ਸ਼ੁਰੂ ਤੋਂ ਹੀ ਕ੍ਰਿਸਚੈਨਿਟੀ 'ਚ, ਅਸੀਂ ਬੋਰਨ ਕ੍ਰਿਸਚਨ ਹਾਂ, ਔਰ ਮੇਰੇ ਦਾਦੀ ਮਾਂ ਬਹੁਤ ਪ੍ਰੇਅਰ ਕਰਦੇ ਸੀਗੇ, ਫਿਰ ਉਹਨਾਂ ਵੱਲ ਦੇਖ ਕੇ ਮੈਂ ਵੀ ਪ੍ਰੇਅਰ 'ਚ ਬਹਿੰਦੀ ਸੀ, ਸਾਡੀ ਪੂਰੀ ਫੈਮਿਲੀ ਇਕੱਠੀ ਪ੍ਰੇਅਰ ਕਰਦੀ ਸੀਗੀ, ਔਰ ਫਿਰ ਮੇਰੇ ਮਨ 'ਚ ਆਇਆ ਕਿ ਮੈਂ ਸਿਰਫ ਪ੍ਰਭੂ ਦੇ ਲਈ ਹੀ ਗਾਣਾ। ਜਦੋਂ ਮੈਂ ਪ੍ਰਭੂ ਦੇ ਲਈ ਗਾਣਾ ਸ਼ੁਰੂ ਕੀਤਾ ਫਿਰ ਮੈਨੂੰ ਬਹੁਤ ਸਾਰੀਆਂ ਬਲੈਸਿੰਗਸ ਮਿਲੀਆਂ, ਜਿੱਥੇ ਮੈਂ ਮਨ ਬਣਾ ਲਿਆ ਕਿ ਮੈਂ ਸਿਰਫ ਪਰਮੇਸ਼ੁਰ ਦੀ ਮਹਿਮਾ ਹੀ ਕਰਨੀ ਆ। ਕਹਿਣ ਤੋਂ ਭਾਵ ਹੈ ਕਿ ਜੇ ਤੁਹਾਨੂੰ ਅੱਜ ਕੋਈ ਬਹੁਤ ਹੀ ਬੋਲੀਵੁੱਡ ਤੋਂ ਕੋਈ ਇਹੋ ਜਿਹਾ ਮੌਕਾ ਮਿਲੇ ਕਿਸੇ ਉਹ ਫਿਲਮੀ ਗਾਣਾ ਗਾਉਣ ਦਾ, ਤਾਂ ਕੀ ਤੁਸੀਂ ਨਹੀਂ ਗਾਓਗੇ? ਮੈਂ ਨਹੀਂ ਗਾਵਾਂਗੀ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਬਹੁਤ ਸਾਰੀ ਬਲੈਸਿੰਗਸ ਦਿੱਤੀਆਂ ਨੇ, ਤਾਂ ਮੈਂ ਹੁਣ ਪੂਰਾ ਮਨ ਬਣਾ ਲਿਆ ਹੈ ਕਿ ਮੈਂ ਸਿਰਫ ਪਰਮੇਸ਼ੁਰ ਦੇ ਲਈ ਹੀ ਗਾਣਾ ਹੈ ਔਰ ਉਹਨਾਂ ਦੀ ਮਹਿਮਾ ਹੀ ਕਰਨੀ ਹੈ। ਔਰ ਜਿਸ ਤਰ੍ਹਾਂ ਤੁਹਾਡਾ ਮਾਰਕੀਟ ਦੇ ਵਿੱਚ ਗਾਣਾ ਆਇਆ ਜਿਹੜਾ ਵਾ ਕਿ ਉਹਨੂੰ ਬਹੁਤ ਸਾਰੇ ਵਿਊ ਮਿਲੇ ਨੇ ਉਹਨਾਂ ਨੂੰ, ਕੀ ਤੁਹਾਨੂੰ ਉਮੀਦ ਸੀ ਕਿ ਜਿਸ ਤਰ੍ਹਾਂ ਤੁਸੀਂ ਹੁਣੇ ਗਾਣਾ ਕਰੋਗੇ ਤਾਂ ਮਾਰਕੀਟ ਦੇ ਵਿੱਚ ਆਏਗਾ ਤਾਂ ਇੰਨੇ ਵਿਊ ਮਿਲ ਜਾਏਗੇ? ਪਹਿਲਾਂ ਤਾਂ ਥੋੜ੍ਹੀ ਉਮੀਦ ਸੀਗੀ, ਪਰ ਉਮੀਦ ਨਾਲੋਂ ਜ਼ਿਆਦਾ ਮੈਨੂੰ ਪਿਆਰ ਮਿਲਿਆ, ਲੋਕਾਂ ਨੇ ਬਹੁਤ ਜ਼ਿਆਦਾ ਮੈਨੂੰ ਪਿਆਰ ਕੀਤਾ, ਬਲੈਸਿੰਗਸ ਦਿੱਤੀਆਂ, ਔਰ ਅੱਜ ਮੈਨੂੰ ਲੋਕ ਬਹੁਤ ਪਸੰਦ ਕਰ ਰਹੇ ਹੈ, ਉਸ ਕਰਕੇ ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਹਾਂ। ਹੁਣ ਮੈਂ ਸਿਰਫ ਪਰਮੇਸ਼ੁਰ ਦੇ ਲਈ ਹੀ ਗਾਵਾਂਗੀ ਕਿਉਂਕਿ ਉਹਨਾਂ ਨੇ ਮੈਨੂੰ ਇੰਨੀਆਂ ਬਲੈਸਿੰਗਸ, ਅੱਜ ਮੈਂ ਇਸ ਮੁਕਾਮ 'ਤੇ ਹਾਂ ਤਾਂ ਸਿਰਫ ਪਰਮੇਸ਼ੁਰ ਦੇ ਕਰਕੇ, ਮੇਰੀ ਫੈਮਿਲੀ ਦੇ ਕਰਕੇ ਜੋ ਮੈਨੂੰ ਇੰਨਾ ਸਪੋਰਟ ਕਰ ਰਹੇ ਨੇ, ਹਰ ਇੱਕ ਸਮੇਂ ਮੇਰੇ ਨਾਲ ਹੁੰਦੇ ਨੇ, ਇਸ ਕਰਕੇ ਮੈਂ ਸਿਰਫ ਪਰਮੇਸ਼ੁਰ ਦੇ ਲਈ ਹੀ ਗਾਵਾਂਗੀ। ਤੁਹਾਡੀ ਫੈਮਿਲੀ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਕਿਹਨੇ ਕੀਤਾ ਤੁਹਾਨੂੰ ਇਸ ਕੰਮ ਦੇ ਲਈ? ਮੰਮਾ ਪਾਪਾ ਦੋਨਾਂ ਨੇ ਬਹੁਤ ਸਪੋਰਟ ਕੀਤਾ, ਔਰ ਪੂਰੀ ਫੈਮਿਲੀ ਹੀ ਮੇਰੇ ਨਾਲ ਲੱਗੀ ਹੋਈ ਹੈ, ਹਰ ਵਕਤ ਹਰ ਪਲ ਮੇਰੇ ਨਾਲ ਹੁੰਦੇ ਹੈ, ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਸਪੋਰਟ ਕਰਦੇ ਆ ਪੂਰੀ, ਔਰ ਪ੍ਰੋਫਿਟ ਜੀ ਮੇਰੀ ਮਿਨਿਸਟਰੀ ਜੋ ਮੇਰੇ ਲਈ ਪ੍ਰੇਅਰਸ ਕਰਦੀਆਂ ਨੇ, ਮੇਰੇ ਲਈ ਫਾਸਟਿੰਗ 'ਚ ਜਾਂਦੇ ਆ ਕਿ ਮੈਂ ਪਰਮੇਸ਼ੁਰ 'ਚ ਹੋਰ ਵਧਾਂ, ਮੈਂ ਉਹਨਾਂ ਦਾ ਵੀ ਬਹੁਤ ਥੈਂਕਫੁਲ ਹਾਂ। ਔਰ ਸਪੈਸ਼ਲੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਬ੍ਰਦਰ ਵਿਕਟਰ ਜੀ, ਬ੍ਰਦਰ ਐਂਥਨੀ ਜੀ, ਬ੍ਰਦਰ ਫਰਾਂਸਿਸ ਜੀ ਔਰ ਬ੍ਰਦਰ ਰਾਜਾ ਡਡਵਾਂ ਜੀ ਜੋ ਬਹੁਤ ਸਪੋਰਟ ਕਰਦੇ ਨੇ, ਹਮੇਸ਼ਾ ਮੇਰੇ ਨਾਲ ਰਹਿੰਦੇ ਨੇ, ਔਰ ਪ੍ਰੋਫਿਟ ਅਭਿਜੋਨ ਜੀ, ਸਾਰਿਆਂ ਦਾ ਮੈਂ ਦਿਲੋਂ ਥੈਂਕਸ ਕਰਨਾ ਚਾਹੁੰਦੀ ਹਾਂ ਕਿਉਂਕਿ ਉਹ ਮੇਰੇ ਹਰ ਵਕਤ ਮੇਰੇ ਨਾਲ ਹੁੰਦੇ ਨੇ। ਕੋਈ ਅਜਿਹਾ ਪਲ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜਿਹੜਾ ਕਿ ਤੁਹਾਨੂੰ ਇਸ ਤਰ੍ਹਾਂ ਮੌਕਾ ਮਿਲਿਆ ਕਿ ਮੈਂ ਵਰਸ਼ਿਪ ਹੀ ਕਰਾਂਗੀ? ਭਾਵੇਂ ਬੇਸ਼ੱਕ ਸਾਰਾ ਜਿਹੜਾ ਤੁਹਾਡਾ ਪਰਿਵਾਰ ਸੀ ਉਹ ਮਿਊਜ਼ਿਕ ਨਾਲ ਰਿਲੇਟਡ ਸੀ, ਪਰ ਇੱਕ ਵਰਸ਼ਿਪ ਨੂੰ ਚੁਣ ਲੈਣਾ ਕਿ ਮੈਂ ਮਸੀਹ ਦੀ ਹੀ ਗਾਣੀ ਗਾਵਾਂਗੀ, ਉਹਦੇ ਵਾਸਤੇ ਕੋਈ ਕਿਹੜੀ ਇਹੋ ਜਿਹੀ ਕੋਈ ਗੱਲ ਹੈਗੀ ਹੈ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਜਿਹਨੇ ਤੁਹਾਨੂੰ ਇੰਸਪਾਇਰ ਕੀਤਾ ਇਸ ਕੰਮ ਲਈ? ਮੈਂ ਕਾਫੀ ਵਰਸ਼ਿਪਰਸ ਨੂੰ ਸੁਣਦੀ ਹਾਂ, ਸਿਸਟਰ ਤਹਿਮੀਨਾ ਤਾਰਿਕ ਮੇਰੇ ਫੇਵਰੇਟ ਨੇ, ਔਰ ਉਹਨਾਂ ਵੱਲੋਂ ਮੈਨੂੰ ਇੰਸਪੀਰੇਸ਼ਨ ਮਿਲਿਆ ਕਿ ਮੈਂ ਪਰਮੇਸ਼ੁਰ ਦੇ ਲਈ ਹੀ ਗਾਵਾਂ। ਫਿਰ ਮੈਂ ਜਦੋਂ ਪ੍ਰੇਅਰ ਕਰਦੀ ਸੀਗੀ ਤਾਂ ਪਰਮੇਸ਼ੁਰ ਵੱਲੋਂ ਮੈਨੂੰ ਆਵਾਜ਼ ਆਉਂਦੀ ਸੀਗੀ ਕਿ ਮੈਂ ਸਿਰਫ ਉਹਨਾਂ ਦੇ ਲਈ ਗਾਵਾਂ, ਤਾਂ ਇਸ ਕਰਕੇ ਉਹੀ ਚੀਜ਼ਾਂ ਨੇ ਮੈਨੂੰ ਕਨਵਰਟ ਕਰ ਦਿੱਤਾ ਕਿ ਮੈਂ ਸਿਰਫ ਪਰਮੇਸ਼ੁਰ ਦੇ ਲਈ ਹੀ ਗਾਵਾਂ। ਅਤੇ ਇਸ ਵੇਲੇ ਜਿਹੜੇ ਆ ਕਿਹੜੇ ਤੁਹਾਡੇ ਹੋਰ ਵੀ ਗਾਣੇ ਨਵੇਂ ਆ ਰਹੇ ਨੇ ਮਾਰਕੀਟ ਵਿੱਚ? ਜੀ ਅਸੀਂ ਕਰ ਰਹੇ ਹਾਂ ਉਹਨਾਂ ਦੀ ਤਿਆਰੀ, ਪ੍ਰੋਜੈਕਟਸ ਤਿਆਰ ਹੋ ਰਹੇ ਨੇ, ਬ੍ਰਦਰ ਰਾਜਾ ਡਡਵਾਂ ਜੀ ਹੀ ਨੈਕਸਟ ਸੌਂਗ ਦੇ ਲਿਰਿਕਸ ਦੇ ਰਹੇ ਨੇ, ਔਰ ਹੋਰ ਵੀ ਕਾਫੀ ਸਰਪ੍ਰਾਈਜ਼ਿੰਗ ਚੀਜ਼ਾਂ ਨੇ ਜੋ ਅਸੀਂ ਲੈ ਕੇ ਆਵਾਂਗੇ। ਮੈਨੂੰ ਆਸ਼ਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਅੱਛਾ ਲੱਗੇਗਾ। ਜਿਸ ਤਰ੍ਹਾਂ ਕਿ ਤੁਹਾਡਾ ਪਰਿਵਾਰ ਔਰ ਤੁਸੀਂ ਮਿਊਜ਼ਿਕ ਦੇ ਨਾਲ ਜੁੜੇ ਰਹੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ MA ਵੀ ਤੁਸੀਂ ਜਿਹੜੀ ਆ ਮਿਊਜ਼ਿਕ ਦੀ ਕਰਨੀ ਆ, ਕੀ ਇਹ ਜਿਹੜਾ ਸਫ਼ਰ ਆ ਤੁਹਾਡਾ ਮਿਊਜ਼ਿਕ ਦਾ, ਇਹ ਸ਼ੁਰੂ ਤੋਂ ਸਕੂਲ ਤੋਂ ਹੀ ਚੱਲਦਾ ਆ ਰਿਹਾ ਵਾ ਜਾਂ ਯੂਨੀਵਰਸਿਟੀ ਜਾਂ ਕਿੱਦਾਂ, ਇਹਦੇ ਬਾਰੇ ਤੁਸੀਂ ਦੱਸੋਗੇ?
हाँ जी मैं स्कूल विच भी काफ़ी कॉम्पीटिशन लड़े ने और हमेशा मैं फर्स्ट ही आँदी रही हाँ और यूनिवर्सिटी दे विच भी यूथ फेस्टिवल्स होए तो लगातार मैं पांच प्राइज लिया तीन साल मैं लड़िया और तीन साल दे विच मैं पांच प्राइजेज लिया फर्स्ट क्लासिकल वोकल विच मैं पार्टीसिपेट किया सीगा और मैं फर्स्ट ही आई उहदे विच। तो बहुत ही वधिया गल आ कि तुसी इहदा मतलब है कि म्यूजिक दे विच काफ़ी हद तक तो इहदे नाल नाल फिर तुसी कोई साज भी तुसी जानते हो जिस तरह कहिंदे गाउण वास्ते हारमोनीयम वजाउणा बहुत जरूरी आ कि तुसी उहदी कोई स्पैशल तुसी हारमोनीयम वगैरह दा। जी मैं अपने पापा तो काफ़ी इंस्ट्रूमेंट सीखे ने मैनू हारमोनीयम कैसियो ड्रम सैट ढोल भी आंदा है ऑक्टोपैड हर एक चीज़ मैं अपने पापा तो सीखी है मैनू हर एक इंस्ट्रूमेंट आंदा है और गिटार भी मैं सीखी हुई है पापा तो। क्या बात है इन्ने साज वजाने तो यह मतलब कि तुहाडी रूह दे विच पूरा साज बसे हुए ने ते इस करके तुसी जिहड़े अज इस मुकाम तक पहुँचे हो तो साडी भी इहो प्रार्थना है कि तुसी इस दे विच होर अगे वधो ते अखीर विच तुसी कोई मैसेज देना चाहते हो साडे दर्शकां दे राही। मैं सिर्फ यही कहना चाहती हाँ कि जिदा परमेश्वर ने मेरी जिंदगी नूं ब्लैस किया उस तरह तुहाडी जिंदगी नूं भी ब्लैस करनगे जे तुसी परमेश्वर ते विश्वास रखोगे और मैं चाहती हाँ कि जो जो भी तुहाडे विच टैलेंट है तुसी परमेश्वर नूं दे के देखो तुसी बहुत ही ब्लैसड होवोगे जिदा परमेश्वर ने मेरी लाइफ चेंज कर दिती एक आनंदित जीवन दिता उस तरह तुहानू भी आनंदित जीवन दे नाल ब्लैस करनगे जिदा कि यहूना 4 chapter और 23 and 24th verse विच लिखा है कि परमेश्वर उन्हां आराधकां नूं लभदे ने जिहड़े रूह ते सच्चाई दे नाल उहदी आराधना करदे आ तां उस तरह जिदा मैनू ब्लैस किया तुसी भी अपने गान दे नाल परमेश्वर की महिमा करो ताकि परमेश्वर तुहाडी जिंदगियां नूं भी ब्लैस करन। बहुत वधिया सस बहुत वधिया तुसी मैसेज दिता परमेश्वर करे कि तुसी इसे तरह अपनी गायकी दे विच और परमेश्वर दे विच वधदे चले जाओ। सो बहुत बहुत धन्यवाद तुहाडा।